ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੂਪਨਗਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਪ੍ਰਾਲੀ ਨਾਲ ਸਾੜਨ ਦੀ اپیل ਕੀਤੀ। ਇਸ ਤੋਂ ਬਾਅਦ ਖੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਵਰਨ ਸਿੰਘ ਪੰਦੇਰ ਨੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਜੇ ਮੁੱਖ ਮੰਤਰੀ ਨੇ ਪ੍ਰਦੂਸ਼ਣ ਦੀ ਗੱਲ ਕਰਨੀ ਹੀ ਤਾਂ ਸਾਰੇ ਤਰ੍ਹਾਂ ਦੇ ਪ੍ਰਦੂਸ਼ਣ ਦੀ ਗੱਲ ਕਰਨ। ਸਿਰਫ ਕਿਸਾਨਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਵੇ? ਜਦੋਂ ਤੱਕ ਪ੍ਰਾਲੀ ਨੂੰ ਨਸ਼ਟ ਕਰਨ ਦਾ ਕੋਈ ਯੋਗ ਹੱਲ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਸ ਦਾ ਹੱਲ ਨਹੀਂ ਹੋਣਾ ਕਿਸਾਨਾਂ ਗੁਣੇ ਹੋਰ ਕੀ ਕੁਝ ਕਿਹਾ ਆਉਤਾਰਣਾ ਕਰਦੇ ਆ ਸੰਚਾ ਮੈਂ ਸਰਵਜਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਤੋਂ ਕੱਲ ਮਾਨਯੋਗ ਮੁੱਖ ਮੰਤਰੀ ਦਾ ਬਿਆਨ ਆਇਆ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਇਹਦੇ ਨਾਲ ਪ੍ਰਦੂਸ਼ਣ ਹੁੰਦਾ ਵਾ ਇਹ ਸਹੀ ਗੱਲ ਐ ਸੇ ਵੀ ਕਿਸਾਨਾਂ ਨੂੰ ਅਪੀਲ ਕਰਦੇ ਆ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਇਹਦੇ ਨਾਲ ਪ੍ਰਦੂਸ਼ਣ ਹੁੰਦਾ ਵਾ ਪਰ ਮੈਨੂੰ ਲੱਗਦਾ ਵੀ ਸਾਡੀ ਅਪੀਲ ਨਾਲ ਕੀ ਕਿਸਾਨਾਂ ਦਾ ਮਸਲਾ ਹੱਲ ਹੋ ਜੂਗਾ ਕਿਉਂਕਿ ਜਿੰਨਾ ਚਿਰ ਪਰਾਲੀ ਨੂੰ ਜ਼ਮੀਨ ਹੇਠ ਡਿਸਪੋਜ਼ ਕਰਨ ਲਈ ਕੋਈ ਜੋਗ ਹੱਲ ਸਹੀ ਹੱਲ ਨਹੀਂ ਦਿੱਤਾ ਜਾਂਦਾ ਮਸਲੇ ਦਾ ਹੱਲ ਨਹੀਂ ਹੋਣਾ ਹਾਂ ਜਿੱਥੇ-ਜਿੱਥੇ ਕੁਝ ਮਸਲਿਆਂ ਦਾ ਹੱਲ ਹੋਇਆ ਕਿਸਾਨ ਖੁਦ ਪਰਾਲੀ ਨੂੰ ਅੱਗ ਨਾ ਲਾ ਕੇ ਉਹਦੀ ਸਾਂਭ ਸੰਭਾਲ ਕਰ ਰਹੇ ਆ ਪਰ ਦੂਸਰੇ ਬੰਨੇ ਜਿਵੇਂ ਅਸੀਂ ਸੁਣ ਰਹੇ ਹਾਂ ਸਰਕਾਰ ਜ਼ਬਰਦਸਤੀ ਜੁਰਮਾਨਾ ਪਾ ਕੇ ਕੇਸ ਪਾ ਕੇ ਕਿਸਾਨਾਂ ਨੂੰ ਜਬਰੀ ਨੱਪਣ ਦੀ ਕੋਸ਼ਿਸ਼ ਕਰ ਰਹੀ ਆ ਮੈਨੂੰ ਲੱਗਦਾ ਇਹ ਵਾਜਬ ਤਰੀਕਾ ਨਹੀਂ ਹੁੰਦਾ ਦੂਸਰਾ ਗ੍ਰੀਨ ਟ੍ਰਿਬਿਊਨਲ ਨੇ ਤੇ ਸਾਰੇ ਪ੍ਰਬੰਧ 2.5 ਕਿੱਲੇ ਤੇ 5 ਕਿੱਲਿਆਂ ਵਾਲਿਆਂ ਦੇ ਕਰਨ ਵਾਖੇ ਸੀ ਜੋ ਹੋ ਨਹੀਂ ਰਹੇ ਹੈਗੇ ਅਸੀਂ ਚਾਹਾਂਗੇ ਵੀ ਮੁੱਖ ਮੰਤਰੀ ਸਾਹਿਬ ਵੀ ਕੱਲੇ ਕਿਸਾਨਾਂ ਨੂੰ ਕੋ ਟਾਰਗੇਟ ਕਰ ਰਹੇ ਜਿਹੜਾ ਖੇਤੀ ਚੋਂ 7% ਕੁੱਲ ਪ੍ਰਦੂਸ਼ਣ ਹੁੰਦਾ ਤੇ ਜਿਹੜੇ ਪ੍ਰਚਾਰ ਮਾਧਿਅਮ ਨੇ ਉਹ ਸਾਨੂੰ ਹੀ ਘਰ ਦੀ ਮੁਰਗੀ ਸਮਝ ਕੇ ਜਦੋਂ ਮਰਜ਼ੀ ਸਾਡੀ ਧੌਣ ਮਰੋੜ ਕੇ ਆਪਣੀਆਂ ਡਿਬੇਟਾਂ ਕਰਾ ਲੈਣੇ ਨੇ ਕੁੱਲ ਮਿਲਾ ਕੇ ਸਾਰੇ ਪ੍ਰਦੂਸ਼ਣ ਤੇ ਗੱਲ ਹੋਵੇ ਇੰਡਸਟਰੀ 52% ਪ੍ਰਦੂਸ਼ਣ ਕਰ ਰਹੀ ਹੈ ਉੱਤੇ ਕਿਉਂ ਨਹੀਂ ਬੋਲ ਰਹੇ ਅਰ 25% ਤੋਂ ਉੱਪਰ ਆਵਾਜਾਈ ਦੇ ਸੰਸਾਧਨ 6% ਤੋਂ ਉੱਪਰ ਸੋਈ ਵਾਲੇ ਖੇਤਰ ਚੋਂ ਜੇ ਪ੍ਰਦੂਸ਼ਣ ਦੀ ਗੱਲ ਕਰਨੀ ਹੈ ਮਾਨਜੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਪ੍ਰਦੂਸ਼ਣ ਤੇ ਗੱਲ ਕਰੋ ਸਾਡੀ ਬਿੱਲੀ ਸਾਨੂੰ ਮਿਆਉ ਔਰ ਮੈਨੂੰ ਲੱਗਦਾ ਵੀ ਇਹ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਪ੍ਰਚਾਰ ਮੱਧਮਿਆ ਬਾਰੇ ਸੋਚਣਾ ਪੈਣਾ ਵੀ ਇਹ ਸਾਨੂੰ ਹੀ ਖਲਨਾਇਕ ਕਿਉਂ ਬਣਾਉਂਦੇ ਨੇ ਹਾਂ ਠੀਕ ਆ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਇਹ ਵਾਜਬ ਗੱਲ ਆ ਮਸਲੇ ਦਾ ਹੱਲ ਕੀਤੇ ਪਰ ਸਾਨੂੰ ਨਿਸ਼ਾਨਾ ਮਨਾ ਰਿਆ ਜਾਇਆ ਜਾ ਰਿਆ ਲਖੀਮਪੁਰ ਖੀਰੀ ਵਾਲੇ ਤੇ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੇ ਕੱਲ ਪ੍ਰਦਰਸ਼ਨ ਕੀਤਾ ਇਹ ਕਾਰਪੋਰੇਟਾਂ ਦਾ ਚੈਨਲ ਇੱਕ ਸ਼ਬਦ ਤੱਕ ਨਹੀਂ ਬੋਲਿਆ ਹੈਗਾ ਇਹਦੋਂ ਗਾਂ ਜਿਹੜਾ ਕੱਲ ਨਿਊਜ਼ ਕਲਿੱਕ ਤੇ ਹਮਲਾ ਹਮਲਾ ਕੀਤਾ ਸਰਕਾਰ ਨੇ ਉਹਨਾਂ ਤੇ ਰੇਟ ਪਾਏ ਆ ਇਹਦੋਂ ਪਹਿਲੋ ਬੀਬੀਸੀ ਨੂੰ ਟਾਰਗੇਟ ਕੀਤਾ ਇਸ ਤੋਂ ਬੱਲਾ ਇੰਗਲਿਸ਼ ਹਿੰਦੀ ਪਾਸ ਕਰ ਤੇ ਵਾਇਰਲ ਗਿਆਨ ਨੂੰ ਵੀ ਨਿਸ਼ਾਨੇ ਬਣਾਇੰਗੇ ਇਹਦੀ ਨਿੰਦਾ ਕਰਦੇ ਆਜ਼ਾਦ ਪੱਤਰਕਾਰ ਇਹਨੂੰ ਭਾਰਤ ਵਿੱਚ ਜਿੰਦਾ ਰਹਿਣ ਦਾ ਹੱਕ ਹੈਗਾ ਔਰ ਅਸੀਂ ਚਾਹਾਂਗੇ ਵੀ ਸਾਨੂੰ ਬੇਲੋੜਾ ਨਿਸ਼ਾਨਾ ਨਾ ਬਣਾਇਆ ਜਾਵੇ ਧੰਨਵਾਦ ਨੰਬਰ 7 ਸ਼ੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਰੀ ਸਿੱਖਿਆ ਦੀ ਅਯੋਕੀ ਸਥਿਤੀ ਮੌਜੂਦਾ ਸਿੱਖਿਆਵਾਂ ਤੇ ਸੰਭਾਵੀ ਹੱਲ ਦੇ ਵਿਸ਼ੇ ਤਹਿਤ ਦੂਰੋਜ਼ਾ ਵਿਦਿਅਕ ਕਾਨਫਰੰਸ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਛੀਫ ਫਤੇਗੜ ਸਾਹਿਬ ਦੇ ਗਿਆਨੀ ਅਦਿਤ ਸਿੰਘ ਐਡੀਟੋਰੀਅਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ